ਸਾਡੇ ਕੋਲ ਜਿਹੜੇ ਰਿਪੋਰਟਸ ਪ੍ਰਾਪਤ ਹੋਈਆਂ ਉਹਨਾਂ ਚੋਂ 88 ਸੈਂਪਲਸ ਪੋਜ਼ਿਟਿਵ ਪਾਏ ਗਏ ਨੇ ਜਿਸ ਨਾਲ ਟੋਟਲ ਕੇਸਿਸ 1916 ਹੋ ਗਏ ਨੇ ਪਟਿਆਲਾ ਜ਼ਿਲ੍ਹੇ 'ਚ ਔਰ ਮਿਸ਼ਨ ਫਤਿਹ ਤਹਿਤ ਵੀ 46 ਕੇਸਿਸ ਅੱਜ ਡਿਸਚਾਰਜ ਕਰ ਦਿੱਤੇ ਹੈ ਗਾਈਡਲਾਈਨਸ ਮੁਤਾਬਕ ਜਿਸ ਨਾਲ ਠੀਕ ਹੋਣ ਵਾਲੇ ਕੇਸਾਂ ਦੀ ਗਿਣਤੀ 1151 ਹੋ ਗਈ ਹੈ ਅਨਫੋਰਚੁਨੇਟਲੀ 32 ਡੈਥਸ ਵੀ ਹੋਈਆਂ ਔਰ ਐਕਟਿਵ ਕੇਸ 733 ਨੇ ਇਹਨਾਂ 88 ਕੇਸਾਂ 'ਚੋਂ 33 ਪਟਿਆਲਾ ਸ਼ਹਿਰ 'ਚੋਂ 14 ਨਾਭਾ 14 ਰਾਜਪੁਰਾ 8 ਸਮਾਣਾ ਅਤੇ 19 ਵੱਖ ਵੱਖ ਪਿੰਡਾਂ 'ਚੋਂ ਆਏ ਨੇ 35 ਇਹਨਾਂ 'ਚ ਕੰਟੇਨਮੈਂਟ ਜ਼ੋਨਸ ਔਰ ਕੋਂਟੈਕਟ ਟ੍ਰੇਸਿੰਗ 'ਚ ਪਾਏ ਗਏ ਪੋਜ਼ਿਟਿਵ ਕੇਸ ਨੇ ਬਾਕੀ 52 ਕੇਸ ਜਿਹੜੇ ਨੇ ਉਹ ਫਲੂ ਲਾਈਕ ਲੱਛਣਾਂ ਨਾਲ ਵੱਖ ਵੱਖ ਫੈਸਿਲਿਟੀਜ਼ 'ਤੇ ਆਏ ਔਰ ਇਹਨਾਂ 'ਚ 5 ਪੁਲਿਸ ਮੁਲਾਜ਼ਮ ਨੇ ਅਤੇ 2 ਸਿਹਤ ਕਰਮੀ ਅਤੇ 2 ਗਰਭਵਤੀ ਔਰਤਾਂ ਵੀ ਨੇ ਅਤੇ ਗਾਈਡਲਾਈਨਸ ਮੁਤਾਬਕ ਇਹਨਾਂ ਸਾਰਿਆਂ ਨੂੰ ਹੋਮ ਆਈਸੋਲੇਸ਼ਨ ਜਾਂ ਕੋਵਿਡ ਕੇਅਰ ਸੈਂਟਰ ਜਾਂ ਰਜਿੰਦਰਾ ਹੋਸਪਿਟਲ ਦੀ ਆਈਸੋਲੇਸ਼ਨ ਫੈਸਿਲਿਟੀ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ ਵੀ ਅਸੀਂ 325 ਸੈਂਪਲ ਲਏ ਨੇ। ਟੋਟਲ ਅਸੀਂ ਅੱਜ ਤੱਕ 45,250 ਸੈਂਪਲ ਲੈ ਚੁੱਕੇ ਹਾਂ। 1540 ਦੀ ਰਿਪੋਰਟ ਆਉਣੀ ਬਾਕੀ ਹੈ। 1916 ਪੋਜ਼ਿਟਿਵ ਆਏ ਹਾਂ, 1151 ਠੀਕ ਹੋ ਕੇ ਚਲੇ ਗਏ ਨੇ। ਅਨਫੋਰਚੁਨੇਟਲੀ 32 ਡੈਥਸ ਵੀ ਹੋਈਆਂ, ਐਕਟਿਵ ਕੇਸ 733 ਨੇ। 3 ਡੈਥਸ ਅੱਜ ਰਿਪੋਰਟ ਹੋਈਆਂ ਜਿਨ੍ਹਾਂ 'ਚ 80 ਈਅਰਸ ਦੀ ਓਲਡ ਲੇਡੀ ਸੀ ਜਿਹੜੀ ਕਿ ਹਰਿਆਉ ਖੁਰਦ ਨੂੰ ਬਿਲੋਂਗ ਕਰਦੀ ਸੀ ਔਰ ਹਾਈਪਰ ਟੈਂਸ਼ਨ ਡਾਇਬਟੀਜ਼ ਆਦਿ ਰੋਗਾਂ ਨਾਲ ਰਜਿੰਦਰਾ ਹੋਸਪਿਟਲ 'ਚ ਜ਼ੇਰੇ ਇਲਾਜ ਸੀ। ਇਸ ਤੋਂ ਇਲਾਵਾ 2 ਵਿਅਕਤੀ ਰਾਜਪੁਰਾ ਤਹਿਸੀਲ ਦੇ ਨੇ, ਇੱਕ ਰਾਜਪੁਰਾ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਜਿਹੜਾ ਕਿ ਰਜਿੰਦਰਾ ਹੋਸਪਿਟਲ ਜ਼ੇਰੇ ਇਲਾਜ ਸੀਗਾ ਹਾਈਪਰ ਟੈਂਸ਼ਨ ਨਾਲ ਐਸੋਸੀਏਟਡ ਸੀ ਡਾਇਬਟੀਜ਼ ਨਾਲ, ਅਤੇ ਇੱਕ 53 ਸਾਲ ਦਾ ਹੋਰ ਟਕਾਸ਼ੂ ਗੁਰਤ ਦਾ ਵਿਅਕਤੀ ਅਨਫੋਰਚੁਨੇਟਲੀ ਸਵਰਗਵਾਸ ਹੋ ਗਏ। ਮੇਰੀ ਫਿਰ ਪਟਿਆਲਾ ਵਾਸੀਆਂ ਦੀ ਕੋਈ ਅਪੀਲ ਹੈ, ਪਲੀਜ਼ ਗਾਈਡਲਾਈਨਸ ਦੀ ਪਾਲਣਾ ਕਰੋ ਅਗਰ ਆਪਾਂ ਨੇ ਇਸ ਬਿਮਾਰੀ ਤੋਂ ਨਿਜਾਤ ਪਾਉਣੀ ਹੈ ਔਰ ਡੇਂਗੂ ਤੋਂ।